ਸਤਿ ਸ਼੍ਰੀ ਅਕਾਲ ਦਰਸ਼ਕੋ, ਹੈਲਪਲਾਈਨ ਦੇ ਇਸ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਵਿਰਕ ਹਸਪੀਟਲ ਜਲੰਧਰ ਵਿੱਚ, ਜਿੱਥੇ ਅਸੀਂ ਤੁਹਾਨੂੰ ਮਿਲਾਵਾਂਗੇ ਡਾਕਟਰ SPS ਵਿਰਕ ਨਾਲ, ਜੋ ਕਿ ਇਸ ਹਸਪੀਟਲ ਦੇ ਡਾਇਰੈਕਟਰ ਹਨ। ਵਿਰਕ ਹਸਪੀਟਲ ਉਮੀਦ ਹੈ ਉਹਨਾਂ ਬੇਔਲਾਦ ਜੋੜਿਆਂ ਦੀ, ਜਿਨ੍ਹਾਂ ਨੂੰ ਸੰਤਾਨ ਪ੍ਰਾਪਤੀ ਦਾ ਸੁੱਖ ਪ੍ਰਾਪਤ ਨਹੀਂ ਹੁੰਦਾ। ਡਾਕਟਰ ਵਿਰਕ ਨੂੰ ਇੰਡੀਆ ਵਿੱਚ ਹੀ ਨਹੀਂ ਬਲਕਿ ਬਾਹਰਲੇ ਮੁਲਕਾਂ ਵਿੱਚ ਵੀ ਆਨਰ ਦਿੱਤਾ ਗਿਆ ਤੇ ਇਹਨਾਂ ਨੂੰ ਡਾਕਟਰ ਰੋਬਰਟ ਐਡਵਰਡ, ਜਿਨ੍ਹਾਂ ਨੇ ਦੁਨੀਆ ਨੂੰ ਪਹਿਲਾ ਟੈਸਟ ਟਿਊਬ ਬੇਬੀ ਦਿੱਤਾ ਸੀ, ਉਹਨਾਂ ਨਾਲ ਵੀ ਕੰਮ ਕਰਨ ਦਾ ਮੌਕਾ ਮਿਲਿਆ। ਡਾਕਟਰ ਵਿਰਕ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਇਸ ਪ੍ਰੋਗਰਾਮ ਵਿੱਚ। ਡਾਕਟਰ ਵਿਰਕ, ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਤੁਸੀਂ ਆਪਣੇ ਹਸਪਤਾਲ ਬਾਰੇ ਜਾਣਕਾਰੀ ਦਿਓ। ਵਿਰਕ ਹਸਪੀਟਲ ਜਲੰਧਰ, ਜੋ ਕਿ ਬੇਔਲਾਦਪਨ ਦੇ ਇਲਾਜ ਦੇ ਲਈ ਹਿੰਦੁਸਤਾਨ ਹੀ ਨਹੀਂ ਬਲਕਿ ਬਾਹਰਲੇ ਮੁਲਕਾਂ ਦੇ ਵਿੱਚ ਵੀ ਬੜਾ ਮਸ਼ਹੂਰ ਹੈ, ਇਹ ਅੱਜ ਤੋਂ ਕੋਈ 18 ਸਾਲ ਪਹਿਲਾਂ ਸਾਡੇ ਉੱਤਰੀ ਭਾਰਤ ਤੋਂ ਕਾਫੀ ਮਰੀਜ਼ ਬੰਬੇ ਸਾਈਡ ਵੱਲ, ਕੈਲਕਟਾ, ਦਿੱਲੀ ਜਾਂਦੇ ਸਨ ਬੇਔਲਾਦਪਨ ਦੇ ਇਲਾਜ ਦੇ ਲਈ। ਫਿਰ ਅਸੀਂ ਬੜੇ ਖੱਜਲ ਖੁਆਰ ਹੁੰਦੇ ਸਨ, ਉਹਨਾਂ ਨੂੰ ਪ੍ਰੋਬਲਮਸ ਬੜੀਆਂ ਆਉਂਦੀਆਂ ਸਨ, ਉੱਥੇ ਜਾ ਕੇ ਰਹਿਣਾ, ਸਾਰਾ ਸਿਸਟਮਸ ਉੱਥੋਂ ਦੇ, ਕਿਰਾਏ 'ਤੇ ਹੋਟਲਾਂ 'ਚ ਰਹਿਣਾ, ਇਲਾਜ ਬੜੇ ਮਹਿੰਗੇ ਸਨ। ਫਿਰ ਅਸੀਂ ਸੋਚਿਆ ਵੀ ਕਿਉਂ ਨਾ ਉੱਤਰੀ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਅਤੇ ਜਲੰਧਰ ਦੇ ਵਿੱਚ ਕੋਈ ਐਸਾ ਇਨਫਰਟੀਲਿਟੀ ਸੈਂਟਰ ਖੋਲ੍ਹਿਆ ਜਾਵੇ ਜਿਹੜੇ ਕਿ ਇਹ ਹਜ਼ਾਰਾਂ ਦੀ ਗਿਣਤੀ 'ਚ ਲੋਕ ਜਿਹੜੇ ਬੰਬੇ, ਕੈਲਕਟਾ, ਬੈਂਗਲੌਰ ਜਾ ਰਹੇ ਆ, ਦਿੱਲੀ ਜਾ ਰਹੇ ਆ, ਉਹਨਾਂ ਨੂੰ ਅਸੀਂ ਇੱਥੇ ਹੀ ਉਹ ਸੁਵਿਧਾਵਾਂ ਪ੍ਰਾਪਤ ਕਰਵਾਈਏ ਜਿਹੜੀਆਂ ਕਿ ਉਸ ਇਹਨਾਂ ਸ਼ਹਿਰਾਂ ਦੇ ਵਿੱਚ ਮਿਲਦੀਆਂ। ਅਤੇ ਵਿਰਕ ਹੋਸਪਿਟਲ ਦੀ ਜਿਹੜੀ ਪਹਿਲੀ ਸਥਾਪਨਾ 18 ਸਾਲ ਪਹਿਲਾਂ ਇਸ ਕੇਂਦਰ ਦੀ ਹੋਈ ਆ, ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਅਸੀਂ 10,000 ਤੋਂ ਜ਼ਿਆਦਾ ਬੇਔਲਾਦ ਜੋੜਿਆਂ ਨੂੰ ਸੰਤਾਨ ਸੁੱਖ ਦੀ ਪ੍ਰਾਪਤੀ ਕਰਵਾ ਚੁੱਕੇ ਹਾਂ, ਜਿਹੜਾ ਕਿ ਆਪਣੇ ਆਪ ਦੇ ਵਿੱਚ ਹੀ ਇੱਕ ਬੜੀ ਵੱਡੀ ਅਚੀਵਮੈਂਟ ਆ ਐਂਡ ਰਿਕਾਰਡ ਆ। ਸਾਡੇ ਕੇਂਦਰ ਜਿਹੜਾ ਆ ਇਸ ਵੇਲੇ ਹੁਣ ਇੱਕ ਅੰਤਰਰਾਸ਼ਟਰੀ ਪੱਧਰ 'ਤੇ ਸਟੇਟ ਆਫ ਦਾ ਆਰਟ ਸੈਂਟਰ ਦੀ ਕੈਟਾਗਰੀਜ਼ 'ਚ ਆ ਗਿਆ। ਵਿਰਕ ਹੋਸਪਿਟਲ ਜਲੰਧਰ ਨੂੰ ਜੇ ਗ੍ਰੇਡਿੰਗ ਕੀਤੀ ਜਾਵੇ ਤਾਂ ਜਿਹੜੇ ਵੀ ਸਾਡੇ ਇੱਥੋਂ ਦੀਆਂ ਸੰਸਥਾਵਾਂ ਆ ਜਿਨ੍ਹਾਂ ਨੇ ਕਿ ਹਿੰਦੁਸਤਾਨ ਦੇ 300 ਕੇਂਦਰ IVF ਸੈਂਟਰਸ ਹੈਗੇ ਆ ਜਿੱਥੇ ਬੇਔਲਾਦਪਨ ਦਾ ਇਲਾਜ ਹੁੰਦਾ ਆ, ਅਤੇ ਅਸੀਂ ਉਹ 300 ਦੇ ਵਿੱਚੋਂ ਪਹਿਲੇ 3 ਅਤੇ 5 ਦੇ ਵਿੱਚ ਸਾਡੀ ਗ੍ਰੇਡਿੰਗ ਹੁੰਦੀ ਆ। ਐਂਡ ਇਹ ਇੱਕਮਾਤਰ ਕੇਂਦਰ ਆ ਪੂਰੇ ਹਿੰਦੁਸਤਾਨ ਦੇ ਵਿੱਚ ਜਿੱਥੇ ਕਿ IVF ਟੈਸਟ ਟਿਊਬ ਬੇਬੀ ਜਿਹੜੀ ਵਿਧੀ ਆ ਉਹਦੇ ਵਾਸਤੇ ਵੇਟਿੰਗ ਲਿਸਟ ਆ ਸਾਡੇ ਕੇਂਦਰ ਦੇ ਵਿੱਚ। ਸਾਡੀ ਜਿਹੜੀ ਟੀਮ ਆ ਇਸ ਵੇਲੇ ਸਾਡੇ IVF ਸਪੈਸ਼ਲਿਸਟ ਨੇ ਡਾਕਟਰ ਅਨੁਪਮ ਚੋਪੜਾ, ਡਾਕਟਰ ਗੀਤਾ, ਡਾਕਟਰ ਹਰਪ੍ਰੀਤ ਔਜਲਾ, ਡਾਕਟਰ ਵਿਭਾ, ਸਾਡੇ ਐਂਡੋਸਕੋਪਿਕ ਸਰਜਨ ਨੇ ਡਾਕਟਰ ਬਖਸ਼ੀ, ਐਂਡ ਸਾਡੇ ਕੇਂਦਰ ਨੂੰ ਬਾਹਰਲੇ ਕੇਂਦਰਾਂ ਤੋਂ ਵਿੱਚੋਂ ਜਿਹੜੇ ਹਿੰਦੁਸਤਾਨੀ ਨਹੀਂ ਬਲਕਿ ਏਸ਼ੀਆ ਦੇ ਜਿਹੜੇ ਲੀਡਿੰਗ ਐਕਸਪਰਟਸ ਆ ਉਹਨਾਂ ਦੇ ਨਾਲ ਵੀ ਸਾਡਾ ਤਾਲਮੇਲ ਆ, ਅਤੇ ਜਦੋਂ ਵੀ ਸਾਨੂੰ ਲੋੜ ਪੈਂਦੀ ਆ ਸਾਡੀ ਕੋਲੈਬਰੇਸ਼ਨ ਇਹਨਾਂ ਕੇਂਦਰਾਂ ਦੇ ਨਾਲ, ਅਮੈਰੀਕਾ 'ਚ ਵੀ, ਇਜ਼ਰਾਈਲ 'ਚ ਅਤੇ ਬੰਬੇ ਦੇ ਜਿਹੜੇ ਟੋਪ ਰੈਂਕਿੰਗ IVF ਸਪੈਸ਼ਲਿਸਟ ਆ ਉਹਨਾਂ ਨਾਲ ਸਾਡਾ ਕੋਲੈਬਰੇਸ਼ਨਸ ਹੈਗੀ ਆ। ਜਦੋਂ ਵੀ ਸਾਨੂੰ ਲੋੜ ਪੈਂਦੀ ਆ ਵੇਟਿੰਗ ਲਿਸਟ ਕਰਕੇ ਸਾਨੂੰ ਕੇਸਿਸ ਦੀ ਇੰਨੀ ਮਾਤਰਾ ਹੁੰਦੀ ਆ ਵੀ ਸਾਨੂੰ ਉਹਨਾਂ ਨੂੰ ਵੀ ਬੁਲਾ ਕੇ ਇੱਥੇ ਉਹ ਸੁਵਿਧਾਵਾਂ ਜਿਹੜੀਆਂ ਕਿ ਅੰਤਰਰਾਸ਼ਟਰੀ ਪੱਧਰ ਦੀਆਂ ਉਹ ਅਸੀਂ ਆਪਣੇ IVF ਸੈਂਟਰ ਦੇ ਰਾਹੀਂ ਇੱਥੋਂ ਦੇ ਮਰੀਜ਼ਾਂ ਨੂੰ ਮੁਹੱਈਆ ਕਰਵਾਈ ਦੀ।